ਹਾਂ ਜੀ ਸਤਿ ਸ਼੍ਰੀ ਅਕਾਲ ਜੀ ਹੁਣ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਣਗੇ ਤੇ ਸਵਾਗਤ ਕਰਦੇ ਆ ਤੁਹਾਡਾ ਨਵੀਂ ਵੀਡੀਓ ਵਿੱਚ ਅੱਜ ਦੀ ਵੀਡੀਓ ਥੋੜੀ ਜਿਹੀ ਖਾਸ ਹੋਣ ਜਾ ਰਹੀ ਹੈ ਕਿਉਂਕਿ ਆਪਾਂ ਇੱਕ ਬਹੁਤ ਖਾਸ ਮੁੱਦੇ ਤੇ ਗੱਲ ਕਰਨ ਜਾ ਰਹੇ ਹਾਂ ਹੁਣ ਇਹ ਜਿਹੜੀ ਚੀਜ਼ ਆ ਇਹ ਬਹੁਤ ਲੋਕਾਂ ਦੀ ਲਾਈਫ ਚ ਇੱਕ ਪ੍ਰੋਬਲਮ ਬਣੀ ਹੋਈ ਆ ਬਹੁਤ ਲੋਕਾਂ ਦੀ ਲਾਈਫ ਇਹ ਕੰਟਰੋਲ ਕਰ ਰਹੀ ਆ ਇਹ ਚੀਜ਼ ਤੇ ਪ੍ਰੋਬਲਮ ਇਹ ਆ ਵੀ ਲੋਕ ਮੇਰੇ ਬਾਰੇ ਕੀ ਸੋਚਣਗੇ ਸੋ ਬਿਨਾਂ ਟਾਈਮ ਵੇਸਟ ਕੀਤੇ ਆਪਾਂ ਚੱਲਦੇ ਆ ਸਿੱਧਾ ਆਪਣੀ ਵੀਡੀਓ 'ਚ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਲੋਕ ਇਹ ਵੀਡੀਓ ਦੇਖ ਰਹੇ ਨੇ ਪਹਿਲਾ ਮੈਂ ਤੁਹਾਨੂੰ ਇੱਕ ਚੀਜ਼ ਯਾਦ ਕਰਾਉਣਾ ਚਾਹੁੰਦਾ ਹੁਣ ਆ ਸਕਰੀਨ ਤੇ ਦੇਖੋ ਕੀ ਲਿਖਿਆ ਹੋਇਆ ਇੱਥੇ ਲਿਖਿਆ ਹੋਇਆ 1 ਇਨ 400 ਟ੍ਰਿਲੀਅਨ ਇਹਦਾ ਮਤਲਬ ਤੁਹਾਡੇ ਇੱਥੇ ਦੁਨੀਆ ਤੇ ਹੋਣ ਦੇ 400 ਟ੍ਰਿਲੀਅਨ ਚੋਂ ਇੱਕ ਚਾਂਸ ਸੀਗਾ ਮਤਲਬ ਜਿੰਨੇ ਵੀ ਲੋਕ ਆ ਵੀਡੀਓ ਦੇਖ ਰਹੇ ਨੇ ਤੁਸੀਂ ਸਾਰੇ ਲੱਕੀ ਹੋ ਕਿਉਂਕਿ ਰੱਬ ਨੇ ਤੁਹਾਨੂੰ ਆ ਮੌਕਾ ਦਿੱਤਾ ਜ਼ਿੰਦਗੀ ਜਿਉਣ ਦਾ ਰੱਬ ਨੇ ਤੁਹਾਨੂੰ ਆ ਬਹੁਤ بڑا ਗਿਫਟ ਦਿੱਤਾ ਫਿਰ ਵੀ ਤੁਸੀਂ ਆਪਣੀ ਲਾਈਫ ਇਹ ਚੀਜ਼ ਸੋਚ ਕੇ ਕਾਟਾ ਦੇਵਾਂ ਵੀ ਲੋਕ ਮੇਰੇ ਬਾਰੇ ਕੀ ਸੋਚਦੇ ਨੇ ਲੋਕ ਮੇਰੇ ਤੇ ਹੱਸਣਗੇ ਹੁਣ ਇੱਥੇ ਦੋ ਆਪਸ਼ਨ ਆਪਣੇ ਕੋਲ ਹੁੰਦੇ ਨੇ ਹਨਾ ਜਦੋਂ ਆਪਾਂ ਐਜੀ ਚੀਜ਼ ਸੋਚਦੇ ਆ ਸਭ ਤੋਂ ਪਹਿਲਾ ਆਪਸ਼ਨ ਤਾਂ ਇਹ ਆ ਜਦੋਂ ਗੱਲ ਆਪਣੀ ਇੱਜ਼ਤ ਤੇ ਆਉਂਦੀ ਆ ਆਪਣੀ ਰੈਪਿਊਟੇਸ਼ਨ ਤੇ ਆਉਂਦੀ ਆ ਜੇ ਕੋਈ ਇਦਾਂ ਦੀ ਚੀਜ਼ ਆ ਜਿਹੜੀ ਆਪਣੀ ਰੈਪਿਊਟੇਸ਼ਨ ਤੇ ਦਾਗ ਪਾਊਗੀ ਆਪਣੀ ਇੱਜ਼ਤ ਤੇ ਦਾਗ ਪਾਊਗੀ ਤੇ ਉੱਥੇ ਹਾਂ ਉੱਥੇ ਤਾਂ ਇਹ ਸੋਚਣਾ ਜ਼ਰੂਰੀ ਆ ਵੀ ਇਹ ਚੀਜ਼ ਮੈਂ ਨਾ ਕਰਾਂ ਲੋਕ ਕੀ ਕਹਿਣਗੇ ਹਨਾ ਲੋਕ ਮੇਰੇ ਤੇ ਉਹ ਹੱਸਣਗੇ ਜਿੱਥੇ ਗੱਲ ਤੁਹਾਡੀ ਇੱਜ਼ਤ ਤੇ ਰੈਪਿਊਟੇਸ਼ਨ ਦੀ ਆ ਉੱਥੇ ਆਪਾਂ ਮੰਨਦੇ ਬਿਲਕੁਲ ਵੈਲਿਡ ਆ ਹੁਣ ਆਪਣੇ ਦੂਸਰੇ ਆਪਸ਼ਨ ਤੇ ਜਾਂਦੇ ਆ ਦੂਸਰਾ ਆਪਸ਼ਨ ਇਹ ਆ ਜਦੋਂ ਗੱਲ ਤੁਹਾਡੀ ਪਰਸਨਲ ਲਾਈਫ ਤੇ ਹੁੰਦੀ ਆ ਜੇ ਤੁਸੀਂ ਆਪਦੀ ਪਰਸਨਲ ਲਾਈਫ ਵਿੱਚ ਆਪਦੇ ਫਿਊਚਰ ਪਲਾਨ ਵਿੱਚ ਆਪਦੇ ਕੈਰੀਅਰ ਵਿੱਚ ਜਾਂ ਤੁਹਾਡੀ ਜ਼ਿੰਦਗੀ ਵਿੱਚ ਜਿਹੜਾ ਵੀ ਕੰਮ ਕਰਨਾ ਚਾਹੁੰਦੇ ਹੋ ਆਹ ਸੋਚਦੇ ਹੋ ਵੀ ਲੋਕ ਮੇਰੇ ਬਾਰੇ ਕੀ ਸੋਚਣਗੇ ਵੀ ਜੇ ਮੈਂ ਆਹ ਕੈਰੀਅਰ ਵਿੱਚ ਗਿਆ ਲੋਕ ਮੇਰੇ ਬਾਰੇ ਕੀ ਸੋਚਣਗੇ ਫਿਰ ਗਲਤ ਆ ਆਪਦੀ ਪਰਸਨਲ ਲਾਈਫ ਵਿੱਚ ਕੁਝ ਵੀ ਤੁਸੀਂ ਕਰਨਾ ਚਾਹੁੰਦੇ ਹੋ ਉੱਥੇ ਤੁਸੀਂ ਸੋਚਦੇ ਹੋ ਵੀ ਲੋਕ ਮੇਰੇ ਬਾਰੇ ਕੀ ਸੋਚਣਗੇ ਹਣਾ ਇਹ ਚੀਜ਼ ਤੁਹਾਨੂੰ ਰੋਕੂਗੀ ਬਹੁਤ ਬਹੁਤ ਮੌਕਿਆਂ ਤੇ ਤੁਹਾਨੂੰ ਰੋਕੂਗੀ ਤੁਹਾਡੇ ਲਾਈਫ ਚ ਬਹੁਤ ਇਦਾਂ ਦੇ ਮੌਕੇ ਹੋਣਗੇ ਜੋ ਤੁਸੀਂ ਇਦਾਂ ਹੀ ਨੰਗਣ ਦੇ ਦੇਣਗੇ ਕਿਉਂਕਿ ਤੁਹਾਡੇ ਮਨ ਵਿੱਚ ਉਹ ਚੱਲ ਰਿਹਾ ਹੋਊਗਾ ਵੀ ਦੂਜੇ ਕੀ ਕਹਿਣਗੇ ਤੁਹਾਡੇ ਮਨ ਵਿੱਚ ਤੁਹਾਡੇ ਆਪਦੇ opinion ਨਾਲੋਂ ਜ਼ਿਆਦਾ ਦੂਜਿਆਂ ਦਾ opinion ਜ਼ਿਆਦਾ ਮੈਟਰ ਕਰਦਾ ਇਹ ਗੱਲ ਕੀ ਆ ਜੋ ਜੋ ਆਪਾਂ ਇਦਾਂ ਸੋਚੀ ਜਾਂਦੇ ਆ ਆਪਾਂ ਕੋਈ ਵੀ ਨਿੱਕੀ ਤੋਂ ਨਿੱਕੀ ਚੀਜ਼ ਕਰਨ ਤੋਂ ਪਹਿਲਾਂ ਆਪਾਂ ਐ ਸੋਚਦੇ ਆ ਵੀ ਲੋਕ ਕੀ ਕਹਿਣਗੇ ਨਾ ਤਾਂ ਤੁਹਾਡੀ ਸਾਰੀ ਜ਼ਿੰਦਗੀ ਆ ਚੀਜ਼ ਦੇ ਆਲੇ-ਦਾਲੇ ਘੁੰਮੋਗੇ ਤੁਸੀਂ ਬਹੁਤ ਛੋਟੇ-ਛੋਟੇ ਚੀਜ਼ਾਂ ਪਿੱਛੇ ਵੀ ਬਹੁਤ ਸੋਚਣ ਲੱਗ ਜਾ ਕਰਨ ਤੁਸੀਂ WhatsApp ਤੇ ਜੇ ਆਪਦੀ ਫੋਟੋ ਵੀ ਬਦਲਨੀ ਆ ਉਹ ਫੋਟੋ ਵੀ ਤੁਸੀਂ ਪਹਿਲਾਂ ਕਿੰਨੀ ਵਾਰ ਦੇਖੋਗੇ ਤਾਂ ਤੁਸੀਂ ਦੇਖੋਗੇ ਵੀ ਲੋਕ ਇਹਨੂੰ ਦੇਖ ਕੇ ਕੀ ਕਹਿਣਗੇ ਤਾਂ ਕਰਕੇ ਇੱਕ ਮਤਲਬ ਬਾਉਂਡਰੀ ਹੁੰਦੀ ਹੈ ਨਾ ਜਿੱਥੇ ਆ ਕੇ ਬੰਦੇ ਨੂੰ ਰੁਕ ਜਾਣਾ ਚਾਹੀਦਾ ਜਿੱਥੇ ਆ ਕੇ ਤੁਸੀਂ ਖੁਦ ਆਪਣੀ ਲਾਈਫ ਆਪਦੇ ਹਿਸਾਬ ਨਾਲ ਜਿਓ ਜਿੱਦਾਂ ਵੀ ਤੁਸੀਂ ਜਿਉਣਾ ਚਾਹੁੰਦੇ ਹੋ ਜੋ ਵੀ ਤੁਸੀਂ ਜ਼ਿੰਦਗੀ 'ਚ ਕਰਨਾ ਚਾਹੁੰਦੇ ਹੋ ਬਿਨਾਂ ਕੋਈ ਪ੍ਰੈਸ਼ਰ ਹਣੇ ਬਿਨਾਂ ਕੋਈ ਟੈਨਸ਼ਨ ਲੈ ਜੇ ਹੁਣ ਆਪਾਂ ਸੋਚ ਕੇ ਦੇਖੀਏ ਨਾ ਵੀ ਤੁਹਾਨੂੰ ਕੌਣ ਰੋਕ ਰਿਹਾ ਆਪਦੀ ਜ਼ਿੰਦਗੀ 'ਚ ਕੁਝ ਵੀ ਕਰਨ ਤੋਂ ਤੁਸੀਂ ਸੋਚ ਕੇ ਦੇਖਿਓ ਤੁਹਾਨੂੰ ਰੋਕ ਕਿਹੜੀ ਚੀਜ਼ ਰਹੀ ਆ ਜਾਂ ਕੌਣ ਰੋਕ ਰਿਹਾ ਜੇ ਤੁਸੀਂ ਧਿਆਨ ਨਾਲ ਰਿਫਲੈਕਟ ਕਰੋਗੇ ਤੁਹਾਨੂੰ ਰੀਅਲਾਈਜ਼ ਹੋ ਜਾਣਾ ਵੀ ਤੁਸੀਂ ਤੁਸੀਂ ਖੁਦ ਆਪਣੇ ਆਪ ਨੂੰ ਰੋਕਦੇ ਹੁੰਨੇ ਹੋ ਆਪਾਂ ਖੁਦ ਆਪਣੇ ਸਭ ਤੋਂ بڑے ਦੁਸ਼ਮਣ ਬਣ ਜਾਂਦੇ ਆ ਕਿਉਂਕਿ ਆਪਣੇ ਮਨ ਵਿੱਚ ਡਰ ਬਹੁਤ ਹੁੰਦੇ ਨੇ ਆਪਾਂ ਇਹ ਡਰ ਨੂੰ ਬਾਲਾ ਓਵਰ ਥਿੰਕ ਕਰ ਕਰਕੇ ਵੱਡੇ ਬਣਾ ਲੈਂਦੇ ਆ ਤੇ ਗੱਲ ਆਏ ਆ ਜੋ ਆਪਣੇ ਮਨ ਚ ਚੱਲਦਾ ਹੁੰਦਾ ਉਹ ਰੀਅਲ ਵੀ ਨਹੀਂ ਹੁੰਦਾ ਉਹ ਸਾਰਾ ਕੁਝ ਆਪਣੀ ਇਮੇਜਿਨੇਸ਼ਨ ਆ ਅਸਲੀ ਦੁਨੀਆ ਚ ਕੁਝ ਨਹੀਂ ਬਦਲਿਆ ਹੁੰਦਾ ਉਹ ਸਾਰਾ ਕੁਝ ਤੁਹਾਡੇ ਮਾਨਵਾਂ ਵਿੱਚ ਚੱਲ ਰਿਹਾ ਹੁੰਦਾ ਜਿਹੜੀ ਚੀਜ਼ਾਂ ਸੋਚ ਕੇ ਤੁਸੀਂ ਡਰਦੇ ਹੋ ਜਿਹੜੀਆਂ ਚੀਜ਼ਾਂ ਤੁਹਾਨੂੰ ਰੋਕ ਰਿਆ ਨੇ ਉਹ ਸਾਰਾ ਕੁਝ ਇੱਥੇ ਆ ਰਿਐਲਿਟੀ ਵਿੱਚ ਉਹ ਹੈ ਹੀ ਨਿਕਾ ਹੁਣ ਚਲੋ ਆਪਾਂ ਸੋਚ ਕੇ ਦੇਖਦੇ ਆਂ ਵੀ ਜ਼ਿਆਦਾਤਰ ਲੋਕਾਂ ਦੀ ਸੋਚ ਇਦਾਂ ਕਿਉਂ ਹੋ ਜਾਂਦੀ ਆ ਹਨਾ ਕਿਉਂਕਿ ਇੱਕ ਰੀਜ਼ਨ ਨਹੀਂ ਬਹੁਤ ਰੀਜ਼ਨ ਹੋ ਸਕਦੇ ਨੇ ਹੁਣ ਪਹਿਲਾ ਰੀਜ਼ਨ ਤਾਂ ਇਹ ਹੋ ਸਕਦਾ ਵੀ ਲੋਕ ਇਦਾਂ ਤਾਂ ਸੋਚਦੇ ਨੇ ਕਿਉਂਕਿ ਉਹਨਾਂ ਤੋਂ ਸ਼ੁਰੂ ਤੋਂ ਜਦੋਂ ਦੇ ਛੋਟੇ ਹੁੰਦੇ ਸੀ ਉਹਨਾਂ ਨੂੰ ਫੈਮਿਲੀ ਵੱਲੋਂ ਬਾਹਲੀ ਸਪੋਰਟ ਮਿਲੀ ਨਹੀਂ ਉਹਨਾਂ ਦੀ ਫੈਮਿਲੀ ਇੰਨੀ ਸਪੋਰਟਿਵ ਨਹੀਂ ਰਹੀ ਤਾ ਕਰਕੇ ਫਿਰ ਉਹਨਾਂ 'ਚ ਥੋੜਾ ਹੀ ਘੱਟ ਕੰਫੀਡੈਂਸ ਆ ਉਹਨਾਂ ਨੂੰ ਫਿਰ ਆਪ ਲੱਗਦਾ ਨਹੀਂਗਾ ਵੀ ਸਾਤੋਂ ਕੁਝ ਹੋ ਜੂਗਾ ਇੱਕ ਰੀਜ਼ਨ ਤਾਂ ਇਹ ਹੋ ਸਕਦਾ ਵੀ ਫੈਮਿਲੀ ਵੱਲੋਂ ਨਹੀਂ ਸਪੋਰਟ ਮਿਲੀ ਦੂਸਰਾ ਰੀਜ਼ਨ ਇਹ ਹੋ ਸਕਦਾ ਵੀ ਮੇਬੀ ਉਹ ਬੰਦੇ ਦੇ ਪਾਸਟ ਵਿੱਚ ਕੋਈ ਇਦਾਂ ਦਾ ਐਕਸਪੀਰੀਅੰਸ ਹੋਇਆ ਹੋਊਗਾ ਹਨਾ ਜਿੱਥੇ ਮੇਬੀ ਉਹਨੇ ਕੋਈ ਨਵੀਂ ਚੀਜ਼ ਟਰਾਈ ਕੀਤੀ ਹੋਊਗੀ ਤੇ ਉਹ ਚੀਜ਼ ਵਿੱਚ ਉਹ ਫੇਲ ਹੋ ਗਿਆ ਤੇ ਹੁਣ ਜਦੋਂ ਚੀਜ਼ ਵਿੱਚ ਫੇਲ ਹੋ ਗਿਆ ਕਾਮਯਾਬ ਨਹੀਂ ਹੋ ਪਾਇਆ ਤਾਂ ਲੋਕ ਉਹਤੇ ਹੱਸ ਪਏ ਹੁਣ ਪਾਸਟ ਵਿੱਚ ਇਹ 네ਗੇਟਿਵ ਐਕਸਪੀਰੀਅੰਸ ਰਿਹਾ ਉਹ ਲਾਈਫ 'ਚ ਅਗਲੀ ਵਾਰ ਜਦੋਂ ਕੁਝ ਨਮਾ ਕਰਨ ਜਾਊਗਾ ਆਪਦੀ ਜ਼ਿੰਦਗੀ 'ਚ ਤਉ ਬਹੁ ਵਾਰ ਸੋਚੂਗਾ ਉਹ ਡਰ ਉਹਦੇ ਵਾਪਸ ਆਊਗਾ ਮਨ ਵਿੱਚ ਜਿਹੜਾ ਡਰ ਉਹ ਉਸ ਦਿਨ ਸੀ ਜਦੋਂ ਲੋਕ ਉਹਤੇ ਹੱਸ ਰਹੇ ਸੀ ਉਹਨੂੰ ਫੇਰ ਲੱਗੂਗਾ ਵੀ ਜੇ ਮੈਂ ਆ ਚੀਜ਼ ਦੁਬਾਰਾ ਤੋਂ ਕੀਤੀ ਲੋਕ ਮੇਰੇ ਤੇ ਫੇਰ ਹੱਸਣਗੇ ਮੈਂ ਵੀ ਚਾਹੇ ਅਗਲੀ ਵਾਰ ਉਹ ਪੂਰਾ ਕਾਮਯਾਬ ਹੋ ਜਾਏ ਉਹ ਚੀਜ਼ ਵਿੱਚ ਉਹਦੇ ਮਨ ਵਿੱਚ ਉਹ ਡਰ ਪੈ ਚੁੱਕਿਆ ਉਹਨੂੰ ਆਏ ਲੱਗੂਗਾ ਵੀ ਲੋਕ ਮੇਰੇ ਤੇ ਫੇਰ ਹੱਸਣਗੇ ਤਾਂ ਕਰਕੇ ਉਹ ਕਦੇ ਉਹ ਚੀਜ਼ ਟਰਾਈ ਹੋਈ ਨਹੀਂ ਕਰਦਾ ਤੀਸਰੀ ਚੀਜ਼ ਇਹ ਹੋ ਸਕਦੀ ਆ ਵੀ ਕਈ ਬੰਦੇ ਆਪ ਥੋੜਾ ਕੱਲਾ ਰਹਿਣਾ ਪਸੰਦ ਕਰਦੇ ਨੇ ਉਹ ਆਪਣੀ ਜ਼ਿੰਦਗੀ 'ਚ ਆਪਣੀ ਦੁਨੀਆ 'ਚ ਰਹਿਣਾ ਜ਼ਿਆਦਾ ਪਸੰਦ ਕਰਦੇ ਨੇ ਆਪਦੇ ਆਪ ਨਾਲ ਰਹਿਣਾ ਜ਼ਿਆਦਾ ਪਸੰਦ ਕਰਦੇ ਨੇ ਇਕੱਲੇ ਪਰ ਹੁੰਦਾ ਕੀ ਹੈ ਜਦੋਂ ਉਹਨਾਂ ਦੀ ਲਾਈਫ 'ਚ ਕੋਈ ਮੌਕਾ ਹੁੰਦਾ ਉਹ ਮੌਕੇ ਨੂੰ ਨੰਗਣ ਦੇ ਦਿੰਦੇ ਨੇ ਕਿਉਂਕਿ ਜਦੋਂ ਮੌਕਾ ਹੁੰਦਾ ਨਾ ਉਹਨਾਂ ਦੇ ਵਿੱਚ ਇਹ ਡਾਊਟ ਆ ਜਾਂਦਾ ਵੀ ਸੱਤੋਈ ਚੀਜ਼ ਹੋਣੀ ਨੇ ਅਸੀਂ ਕਰ ਪਾਉਣਾ ਨਹੀਂਗਾ ਇਹ ਚੀਜ਼ ਵੀ ਜੇ ਅਸੀਂ ਇਹ ਚੀਜ਼ ਕਰਨ ਲੱਗੇ ਤੇ ਬਾਅਦੋਂ ਹੋਈ ਨਾ ਲੋਕ ਹੱਸਣਗੇ ਤੇ ਫਿਰ ਉਹ ਜਿਹੜਾ ਮੌਕਾ ਹੁੰਦਾ ਉਹ ਮੌਕਾ ਲੰਘ ਜਾਂਦਾ ਹੁਣ ਜਦੋਂ ਮੌਕਾ ਲੰਘ ਗਿਆ ਉਹ ਤੋਂ ਬਾਅਦ ਫਿਰ ਬੰਦੇ ਨੂੰ ਰਿਗਰੈਟ ਹੁੰਦਾ ਬੰਦਾ ਫਿਰ ਪਛਤਾਉਂਦਾ ਯਾਰ ਮੈਂ ਇੰਨਾ ਵਧੀਆ ਮੌਕਾ ਮੇਰੇ ਕੋਲ ਸੀ ਮੈਂ ਨੰਗਣ ਦੇਤਾ ਹੁਣ ਮੈਂ ਤੁਹਾਨੂੰ ਇੱਕ ਚੀਜ਼ ਇੱਥੇ ਕਹਿਣਾ ਜ਼ਿੰਦਗੀ 'ਚ ਤੁਹਾਨੂੰ ਕੋਈ ਵੀ ਮੌਕਾ ਮਿਲ ਰਿਹਾ ਨਾ ਕੁਝ ਵਧੀਆ ਕਰਨ ਦੋ ਜਾਂ ਮੇ ਵੀ ਤੁਹਾਡਾ ਕੋਈ ਬਹੁਤ ਟਾਈਮ ਤੋਂ ਤੁਸੀਂ ਕੁਝ ਪਲਾਨ ਕਰ ਰਹੇ ਹੋ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਫਾਈਨਲੀ ਇੱਕ ਓਪਰਚੁਨਿਟੀ ਮਿਲੀ ਹੈ ਨਾ ਤੁਹਾਨੂੰ ਇੱਕ ਮੌ ਤਾਂ ਮੌਕਾ ਨੂੰ ਨੰਗਣਵਾ ਦਿਓ ਕਿਉਂਕਿ ਉਸ ਵਕਤ ਤੁਹਾਡੇ ਮਨ ਵਿੱਚ ਡਰ ਹੋਊਗਾ ਉਹ ਹੁੰਦਾ ਹੀ ਆ इमोਸ਼ਨ ਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ ਜੇ ਤੁਸੀਂ ਚੀਜ਼ ਨਾ ਕੀਤੀ ਉਹ ਤੋਂ ਬਾਅਦ ਜਿਹੜਾ ਰਿਗਰੈਟ ਫੀਲ ਕਰੋਗੇ ਉਹ ਚੀਜ਼ ਨਹੀਂ ਐਕਸੈਪਟ ਹੋਣੀ ਤੁਹ ਤੋਂ ਉਹ ਤੋਂ ਬਾਅਦ ਜਿਹੜਾ ਫਿਰ ਬੰਦਾ ਪਛਤਾਉਂਦਾ ਉਹ ਚੀਜ਼ ਐਕਸੈਪਟ ਕਰਨੀ ਔਖੀ ਹੋ ਜਾਂਦੀ ਆ ਜਿਹੜਾ ਉਸ ਵਕਤ ਤੁਹਾਡੇ ਚ ਡਰ ਆ ਨਾ ਉਹ ਬਹੁਤ ਸੌਖਾ ਆ ਹੈਂਡਲ ਕਰਨਾ ਪਰ ਜਿਹੜੀ ਬਾਅਦ ਚ ਰਿਗਰੈਟ ਆਉਣੀ ਆ ਉਹ ਹੈਂਡਲ ਕਰਨੀ ਸੌਖੇ ਨਹੀਂ ਹੋਣੀ ਚਾਹੇਓ ਚੀਜ਼ ਤੁਸੀਂ ਡਰ ਕੇ ਕਰੋ ਪਰ ਉਹ ਮੌਕਾ ਨਾ ਨੰਗਣ ਦੋ ਹਮੇਸ਼ਾ ਉਹ ਕੰਪਲੀਟ ਕਰੋ ਚੀਜ਼ ਕੋਸ਼ਿਸ਼ ਕਰੋ ਹੁਣ ਇੱਥੇ ਇੱਕ ਮੈਂ ਹੋਰ ਚੀਜ਼ ਬਾਰੇ ਗੱਲ ਕਰਨਾ ਚਾਹੁੰਦਾ ਸੀ ਉਹ ਹੈਗੀ ਆਪਣੀ ਸੋਸ਼ਲ ਮੀਡੀਆ ਹੁਣ ਅੱਜ ਕੱਲ ਆਪਾਂ ਸੋਸ਼ਲ ਮੀਡੀਆ ਦੇ ਜਮਾਨੇ 'ਚ ਰਹਨੇ ਆ ਲਗਭਗ ਨਿਆਣਿਆਂ ਤੋਂ ਲੈ ਕੇ ਮਨ ਲੱਦਾ ਸਿਆਣਿਆਂ ਤੱਕ ਵੀ ਹਰ ਕੋਈ ਬੰਦੇ ਕੋ ਫੋਨ ਆਪਦੇ ਹੱਥ ਵਿੱਚ ਹਰ ਕੋਈ ਬੰਦਾ ਸੋਸ਼ਲ ਮੀਡੀਆ ਚ ਲਾਉਂਦਾ ਹੁਣ ਤਾਂ ਸਿਆਣੇ ਵੀ ਦਾਦੇ ਦਾਦੀਆਂ ਵੀ ਉਹਨਾਂ ਕੋ ਵੀ ਸੋਸ਼ਲ ਮੀਡੀਆ ਹੈਗਾ ਉਹਨਾਂ ਦੇ ਫੋਨ ਤੇ ਵੀ YouTube ਵਗੈਰਾ WhatsApp ਸਾਰਾ ਕੁਝ ਚੱਲਦਾ ਕਿਉਂਕਿ ਆਪਾਂ ਬਹੁਤ ਟੈਕਨੋਲੋਜੀ ਵਾਈਜ਼ ਬਹੁਤ ਐਡਵਾਂਸ ਹੋ ਗਏ ਹੁਣ ਪ੍ਰੋਬਲਮ ਕੀ ਆ ਸੋਸ਼ਲ ਮੀਡੀਆ ਦੀ ਸੋਸ਼ਲ ਮੀਡੀਆ ਤੇ ਹਰ ਕੋਈ ਬੰਦਾ ਆਪਣੀ ਜ਼ਿੰਦਗੀ ਦਿਖਾਉਂਦਾ ਵੀ ਮੈਂ ਇਦਾਂ ਰਹਿ ਰਿਹਾ ਆ ਮੈਂ ਗੱਡੀ ਚਲਾ ਰਿਹਾ ਆ ਇਦਾਂ ਦੇ ਘਰ ਚ ਮੈਂ ਰਹਿਣਾ ਸੋਸ਼ਲ ਮੀਡੀਆ ਤੇ ਨਾ ਬਹੁਤ ਈਜ਼ੀ ਆ ਬਹੁਤ ਸੌਖਾ ਆ ਆਪਦੀ ਜ਼ਿੰਦਗੀ ਨੂੰ ਕਿਸੇ ਹੋਰ ਦੀ ਜ਼ਿੰਦਗੀ ਨਾਲ ਕੰਪੇਅਰ ਕਰਨਾ ਮੇਬੀ ਸੋਸ਼ਲ ਮੀਡੀਆ ਤੇ ਤੁਹਾਨੂੰ ਕੋਈ ਹੋਰ ਬੰਦਾ ਦੇਖ ਗਿਆ ਉਹ ਤੁਹਾਡੇ ਹਾਂ ਦਾ ਤੁਸੀਂ ਕਹੋਗੇ ਯਾਰ ਇਹ ਬੰਦਾ ਮੇਰੇ ਹਾਂ ਦਾ ਇਹ ਇੰਨੀ ਵਧੀਆ ਲਾਈਫ ਜਿਉ ਰਿਹਾ ਇੰਨਾ ਘੁੰਮਦਾ ਫਿਰਦਾ ਆਦੀ ਲਾਈਫ ਦਾ ਸਵਾਦ ਲੈ ਰਿਹਾ ਪੂਰਾ ਇੰਜੋਏ ਕਰ ਰਿਹਾ ਏਡੀ ਵੱਡੀ ਗੱਡੀ ਚਲਾਉਂਦਾ ਤੇ ਮੈਂ ਹਜੇ ਇੱਥੇ ਹੀ ਆ ਵੀ ਮੇਰੀ ਉਮਰ ਵੀ ਇਹਦੇ ਨਾਲ ਦੀ ਆ ਆਹ ਚੀਜ਼ ਤੁਹਾਨੂੰ ਖੁਦ ਉਹ ਬੰਦਾ ਕਹਿ ਰਿਹਾ ਜਿਹੜਾ ਆਪ ਸੋਸ਼ਲ ਮੀਡੀਆ ਤੇ ਵੀਡੀਓਜ਼ ਪਾਉਂਦਾ ਜਿਨੂੰ ਆਪ ਕਾਫੀ ਟਾਈਮ ਹੋ ਗਿਆ ਸੋਸ਼ਲ ਮੀਡੀਆ ਤੇ 70 ਤੋਂ 80% ਜਿਹੜੀਆਂ ਚੀਜ਼ਾਂ ਤੁਸੀਂ ਦੇਖਦੇ ਹੋ ਉਹ ਰੀਅਲ ਵੀ ਨਹੀਂ ਹੈਗੀਆਂ ਉਹ ਫੇਕ ਆ ਕਿਉਂਕਿ ਜਦੋਂ ਕੈਮਰਾ ਬੰਦ ਹੁੰਦਾ ਉਹ ਤੋਂ ਬਾਅਦ ਤੁਹਾਨੂੰ ਪਤਾ ਨਹੀਂ ਉਹ ਬੰਦਿਆ ਦੀ ਲਾਈਫ ਕਿੱਦਾਂ ਦੀ ਆ ਜਿਹੜੇ ਲੋਕਾਂ ਨੂੰ ਤੁਸੀਂ ਦੇਖਦੇ ਹੋ ਸੋਸ਼ਲ ਮੀਡੀਆ ਤੇ ਉਹ ਉਹੀ ਛੋਟੇ ਛੋਟੇ ਪਾਰਟ ਆ ਦੇਖਦੇ ਹੋ ਉਹਨਾਂ ਦੀ ਲਾਈਫ ਦੇ ਤੇ ਸੋਸ਼ਲ ਮੀਡੀਆ ਤੇ ਖਾਸ ਗੱਲ ਇਹ ਹੈ ਹਰ ਕੋਈ ਬੰਦਾ ਆਪਦੀ ਵਧੀਆ ਚੀਜ਼ਾਂ ਹੀ ਪਾਉਂਦਾ ਹਰ ਕੋਈ ਬੰਦਾ ਆਪਦੀ ਜਿੱਤ ਦਿਖਾਉਂਦਾ ਕੋਈ ਵੀ ਬੰਦਾ ਸੋਸ਼ਲ ਮੀਡੀਆ ਤੇ ਆਪਣੀ ਹਾਰ ਨਹੀਂ ਦਿਖਾਉਂਦਾ ਕੋਈ ਵੀ ਬੰਦਾ ਆਪਣੀ ਸੋਸ਼ਲ ਮੀਡੀਆ ਤੇ ਪ੍ਰੋਬਲਮਾਂ ਨਹੀਂ ਦਿਖਾਉਂਦਾ ਹਰ ਕੋਈ ਬੰਦਾ ਵਧੀਆ ਸਾਈਡ ਦਿਖਾਉਂਦਾ ਆਪਣੀ ਬੈਸਟ ਸਾਈਡ ਦਿਖਾਉਂਦਾ ਜਦੋਂ ਉਹ ਬੈਸਟ ਸਾਈਡ ਤੁਹਾਨੂੰ ਦਿਖ ਰਹੀ ਹੁੰਦੀ ਆ ਤੁਹਾਨੂੰ ਲੱਗਦਾ ਵੀ ਇਹਨਾਂ ਦੀ ਸਾਰੀ ਜ਼ਿੰਦਗੀ ਹੋ ਯਾਰ ਇਦਾਂ ਦੀ ਆ ਇਹਨਾਂ ਦੀ ਰੋਜ਼ ਦੀ ਲਾਈਫ ਇਦਾਂ ਦੀ ਆ ਵੀ ਇਹਨਾਂ ਲਈ ਤਾਂ ਹਰ ਦਿਨ ਇਦਾਂ ਹਨਾ ਵੀ ਲਾਈਫ ਹੋਵੇ ਇਹਨਾਂ ਅਰਗੇ ਪਰ ਜਦੋਂ ਕੈਮਰਾ ਬੰਦ ਹੁੰਦਾ ਆਪਾਂ ਨੂੰ ਅਸਲ 'ਚ ਪਤਾ ਨਹੀਂਗਾ ਵੀ ਉਹਨਾਂ ਦੀ ਲਾਈਫ ਹੈ ਕਿੱਦਾਂ ਦੀ ਆ। ਆਪਾਂ ਨੂੰ ਇਹ ਵੀ ਨਹੀਂ ਪਤਾ ਵੀ ਜਿਹੜੀ ਚੀਜ਼ ਆਪਾਂ ਦਿਖਾ ਰਹੇ ਨੇ ਉਹ ਕੇਸ ਹੱਦ ਤੱਕ ਸੱਚ ਨੇ। ਆਪਦੀ ਲਾਈਫ ਨੂੰ ਜੇ ਕਿਸੇ ਨਾਲ ਕੰਪੇਅਰ ਕਰਨਾ ਨਾ ਤਾਂ ਤੁਸੀਂ ਆਪਦੀ ਲਾਈਫ ਨੂੰ ਆਪਦੇ ਆਪ ਨੂੰ ਖੁਦ ਆਪਦੇ ਪੁਰਾਣੇ ਵਰਜਨ ਨਾਲ ਕੰਪੇਅਰ ਕਰਿਆ ਕਰੋ। ਵੀ ਮੈਂ 1 ਸਾਲ ਪਹਿਲਾਂ ਇਦਾਂ ਦਾ ਹੁੰਦਾ ਸੀ, ਹੁਣ 1 ਸਾਲ ਨਿਕਲ ਗਿਆ, ਹੁਣ ਮੈਂ ਇਦਾਂ ਦਾ। ਆਪਦੇ ਆਪ ਨੂੰ ਖੁਦ ਆਪਦੇ ਆਪ ਨਾਲ ਕੰਪੇਅਰ ਕਰੋ। ਵੀ ਮੈਂ ਪਹਿਲਾਂ ਨਾਲ ਕਿੰਨੀ ਤਰੱਕੀ ਕੀਤੀ, ਕਿੰਨੀ ਪ੍ਰੋਗਰੈਸ ਕੀਤੀ। ਪਹਿਲਾਂ ਤੇ ਹੁਣ ਤੱਕ ਮੇਰੇ 'ਚ ਕੀ ਚੇਂਜ ਆਇ ਪਰ ਆਪਦੀ ਲਾਈਫ ਨੂੰ ਕਿਸੇ ਹੋਰ ਦੀ ਲਾਈਫ ਨਾਲ ਨਾ ਕੰਪੇਅਰ ਕਰੋ ਕਿਉਂਕਿ ਸਭ ਤੋਂ ਪਹਿਲਾਂ ਤਾਂ ਹਰ ਕੋਈ ਬੰਦੇ ਦੀ ਲਾਈਫ ਅਲੱਗ ਹੁੰਦੀ ਆ ਛੋਟੇ ਹੁੰਦੇ ਤੋਂ ਲੈ ਕੇ ਬਚਪਨ ਤੋਂ ਲੈ ਕੇ ਹਰ ਕੋਈ ਬੰਦੇ ਨੇ ਅਲੱਗ-ਅਲੱਗ ਚੀਜ਼ਾਂ ਐਕਸਪੀਰੀਅੰਸ ਕੀਤੀਆਂ ਹੁੰਦੀਆਂ ਨੇ ਹਰ ਕੋਈ ਬੰਦੇ ਦੀ ਅਲੱਗ ਫੈਮਿਲੀ ਹੁੰਦੀ ਆ ਅਲੱਗ ਸੋਚ ਹੁੰਦੀ ਆ ਇਹ ਇੱਕ ਫੇਅਰ ਚੀਜ਼ ਨਹੀਂ ਹੈਗੀ ਵੀ ਤੁਸੀਂ ਆਪਦੇ ਆਪ ਨੂੰ ਕਿਸੇ ਹੋਰ ਨਾਲ ਕੰਪੇਅਰ ਕਰੋਗੇ ਸੋਸ਼ਲ ਮੀਡੀਆ ਆਏ ਆ ਹੁਣ ਮੈਨੂੰ ਪਤਾ ਬਹੁਤ سارے ਲੋਕ ਹਨਾ ਤੁਹਾਡੇ ਚੋਂ ਕਾਫੀ ਜੋ ਦੇਖਦੇ ਵੀ ਹੋਣਗੇ ਉਹ ਮੈਂ ਵੀ ਸੋਸ਼ਲ ਮੀਡੀਆ ਤੇ ਆਉਣਾ ਵੀ ਚਾਹੁੰਦੇ ਨੇ ਉਹ ਆਪ ਵੀ ਵੀਡੀਓ ਪਾਉਣਾ ਚਾਹੁੰਦੇ ਨੇ ਠੀਕ ਆ ਚਲੋ ਨਾਰਮਲ ਚੀਜ਼ ਆਏ ਤਾਂ ਅੱਜ ਕੱਲ੍ਹ ਹਰ ਕੋਈ ਪਾਉਂ ਹੁਣ ਗੱਲ ਆਏ ਆ ਜਿਆਦਾਤਰ ਲੋਕ ਤੁਹਾਡੇ ਜੋ ਪ੍ਰੋਬਬਲੀ ਉਹਨਾਂ ਕੋਲ ਬਹੁਤ ਵਧੀਆ ਆਈਡੀਆ ਹੋਣਗੇ ਹਨਾ ਵੀਡੀਓਜ਼ ਦੇ ਬਹੁਤ ਵਧੀਆ ਕੰਟੈਂਟ ਦੇ ਆਈਡੀਆ ਹੋਣਗੇ ਪਰ ਉਹ ਕਦੇ ਕਰਦੇ ਹੀ ਨਹੀਂਗੇ ਕਿਉਂਕਿ ਉਹ ਡਰਦੇ ਨੇ ਵੀ ਸਾਡਾ ਕੰਟੈਂਟ ਵਧੀਆ ਨਹੀਂ ਹੈਗਾ ਵੀ ਬਾਕੀ ਸਾਰੇ ਲੋਕ ਸਾਡੇ ਤੋਂ ਬੈਟਰ ਨੇ ਜਾਂ ਉਹ ਇਹ ਚੀਜ਼ ਤੋਂ ਡਰਦੇ ਨੇ ਵੀ ਅਸੀਂ ਜੋ ਵੀਡੀਓ ਪਾਵਾਂਗੇ ਸਾਡੇ ਦੋਸਤ ਸਾਡੇ ਰਿਸ਼ਤੇਦਾਰ ਸਾਨੂੰ ਦੇਖ ਕੇ ਹੱਸਣਗੇ ਉਹ ਕੀ ਸੋਚਣਗੇ ਆ ਸਾਰਾ ਕੁਝ ਤੇ ਜਿਵੇਂ ਕਿ ਮੈਂ ਪਹਿਲਾਂ ਕਿਹਾ ਤੁਹਾਡੇ ਮਨ ਦਾ ਵਹਿਮ ਥੋਡੇ ਮਨ ਵਿੱਚ ਇਹ ਸਾਰਾ ਡਰ ਹੁੰਦਾ ਇਹ ਰੀਅਲ ਵਿੱਚ ਵੀ ਨਹੀਂ ਹੁੰਦਾ ਤੁਹਾਡਾ ਮਨ ਫਿਊਚਰ ਪ੍ਰੈਡਿਕਟ ਕਰਨ ਦੀ ਕੋਸ਼ਿਸ਼ ਕਰਦਾ ਹੁਣ ਆਪਾਂ ਇਨਸਾਨ ਆ ਆਪਾਂ ਰੱਬ ਤਾਂ ਨਹੀਂ ਹੈਗੇ ਆਪਾਂ ਫਿਊਚਰ ਤਾਂ ਨਹੀਂ ਪ੍ਰੈਡਿਕਟ ਕਰ ਸਕਦੇ ਵੀ ਕੀ ਹੋਊਗਾ ਸੋ ਸਾਰਾ ਕੁਝ ਜੋ ਤੁਹਾਡੇ ਮਨ ਚ ਚੱਲ ਰਿਹਾ ਉਹ ਫੇਕ ਆ ਤਾਂ ਕਰਕੇ ਮੈਨੂੰ ਪਤਾ ਤੁਹਾਡੇ ਜੋ ਕੋਈ ਬਹੁਤ ਮਤਲਬ ਜੀਨੀਅਸ ਬੰਦੇ ਨੇ ਕਈ ਬਹੁਤ ਉਹਨਾਂ ਕੋ ਵਧੀਆ ਵਧੀਆ ਆਈਡੀਆ ਹੁੰਦੇ ਨੇ ਪਰ ਉਹ ਡਰ ਕਰਕੇ ਕਦੇ ਸ਼ੁਰੂ ਹੀ ਨਹੀਂ ਕਰਦੇ ਹੈਗੇ ਪ੍ਰੋਬਬਲੀ ਜੇ ਤੁਹਾਡਾ ਵੀ ਇਹ ਗੋਲ ਆ ਵੀ ਮੈਂ ਫੋਰ ਐਗਜ਼ਾਮਪਲ YouTube ਚੈਨਲ ਸਟਾਰਟ ਕਰਨਾ ਜਾਂ ਵੀਡੀਓਸ ਪਾਉਣ ਲੱਗਣੀਆਂ ਆ ਤਾਂ ਤੁਸੀਂ ਇਹ ਟਰਾਈ ਕਰਕੇ ਦੇਖੋ ਕਿਉਂਕਿ ਕੁਝ ਪਤਾ ਨਹੀਂ ਹੈਗਾ ਜਿਵੇਂ ਵੀ ਤੁਸੀਂ ਇਹ ਚੀਜ਼ ਸ਼ੁਰੂ ਕਰਦੇ ਕੋਸ਼ਿਸ਼ ਕਸਾਲਾਂ ਤੱਕ ਤੁਹਾਡਾ ਸਭ ਤੋਂ بڑا ਪੰਜਾਬੀ ਚੈਨਲ ਬਣ ਜਾਏ YouTube ਤੇ ਤੁਹਾਨੂੰ ਕੀ ਪਤਾ ਪਰ ਜਦ ਤੱਕ ਤੁਸੀਂ ਇਹ ਚੀਜ਼ ਟਰਾਈ ਨਹੀਂ ਕਰੋਗੇ ਤੁਹਾਨੂੰ ਇਹ ਚੀਜ਼ ਕਦੇ ਨਹੀਂ ਪਤਾ ਲੱਗਣਾ ਵੀ ਇਹ ਚੀਜ਼ ਪੋਸੀਬਲ ਹੈ ਕਿ ਨਹੀਂ ਜੇ ਤੁਸੀਂ ਇਹ ਚੀਜ਼ ਨੂੰ ਇਗਨੋਰ ਕਰਦੇ ਹੋ ਕਿਉਂਕਿ ਤੁਹਾਡੇ ਵਿੱਚ ਡਰ ਵਾਲਾ ਭਰੇ ਤਾ ਬਾਜੋ ਤੁਹਾਡੇ ਜਿਆ ਰਿਗਰਟ ਹੋਊਗੇ ਫਿਰ ਤੁਸੀਂ ਪਛਤਾਵੋਗੇ ਤੁਸੀਂ ਕਹੋਗੇ ਵੀ ਯਾਰ ਉਦੋਂ ਮੌਕਾ ਸੀ ਉਦੋਂ ਆਜਾ ਜਮਾਨਾ ਸੀ ਸੋਸ਼ਲ ਮੀਡੀਆ ਵਾਲਾ ਵੀ ਹਰ ਕੋਈ ਬੰਦਾ ਹਨਾ ਵੀਡੀਓ ਪਾਉਂਦਾ ਸੀ ਵੀ ਮੈਂ ਵੀ ਕਰ ਦਿੰਦਾ ਮੈਂ ਕਰਦਾ ਨਹੀਂ ਇੱਕ ਐਗਜ਼ਾਮਪਲ ਆ ਸੋਸ਼ਲ ਮੀਡੀਆ ਵਾਲੀ ਐਗਜ਼ਾਮਪਲ ਤਾਂ ਲਈ ਕਿਉਂਕਿ ਚਲੋ ਮੈਂ ਵੀ ਇਹ ਚੀਜ਼ ਕਰਦਾ ਹਨਾ ਮੈਨੂੰ ਪਤਾ ਬਹੁਤ ਲੋਕਾਂ ਦੀ ਇਹ ਇੱਛਾ ਹੁੰਦੀ ਆ ਵੀ ਅਸੀਂ ਵੀ ਆਪਣਾ ਚੈਨਲ ਸ਼ੁਰੂ ਕਰੀਏ ਅਸੀਂ ਵੀ ਇਹ ਚੀਜ਼ਾਂ ਪਾਉਣੀਆਂ ਸ਼ੁਰੂ ਕਰੀਏ ਸੋਸ਼ਲ ਮੀਡੀਆ ਤੇ ਜਿਵੇਂ ਆਪਾਂ ਪਹਿਲਾਂ ਕਿਹਾ ਹਨਾ ਵੀ ਲੋਕ ਕੰਪੇਅਰ ਕਰਨ ਲੱ ਆ ਜਾਂਦੇ ਨੇ ਕਲੀਗਲੀ ਚੀਜ਼ ਹੈ ਕਪਲਸ ਵੀ ਬਹੁਤ ਨੇ ਹਨਾ ਬਹੁਤ ਸੋਸ਼ਲ ਮੀਡੀਆ ਤੇ ਇਦਾਂ ਦੇ ਕਪਲਸ ਨੇ ਉਹਨਾਂ ਨੇ ਆਪਦੇ ਵੀਡੀਓਜ਼ ਪਾਉਂਦੇ ਨੇ ਚਲੋ ਆਪਾਂ ਨੂੰ ਤਾਂ ਕਿਸੇ ਨਾਲ ਕੋਈ ਪ੍ਰੋਬਲਮ ਹੈ ਨਹੀਂ ਪਰ ਗੱਲ ਇੱਥੇ ਆਏ ਆ ਹੁਣ ਜੇ ਕੋਈ ਹੋਰ ਕਪਲਸ ਉਹਨਾਂ ਦੀ ਵੀਡੀਓ ਦੇਖਦਾ ਉਹਨਾਂ ਨੂੰ ਐਂ ਲੱਗਦਾ ਵੀ ਸਾਡਾ ਰਿਲੇਸ਼ਨ ਵਧੀਆ ਨਹੀਂ ਹੈਗਾ ਸਾਡੇ ਰਿਲੇਸ਼ਨਸ਼ਿਪ 'ਚ ਖੁਸ਼ੀ ਨਹੀਂ ਹੈਗੀ ਉਹ ਵੀਡੀਓ ਦੇਖਦੇ ਨੇ ਉਹ ਦੇਖਦੇ ਨੇ ਕਿ ਘੁੰਮਣ ਫਿਰਨ ਜਾਂਦੇ ਨੇ ਗਿਫਟ ਦਿੰਦੇ ਨੇ ਇੰਨੇ ਪੈਸੇ ਕਮਾਉਂਦੇ ਨੇ ਉਹ ਫਿਰ ਆਪਦਾ ਰਿਲੇਸ਼ਨਸ਼ਿਪ ਵੱਲ ਦੇਖਦੇ ਨੇ ਉਹ ਫਿਰ ਆਪਦੇ ਰਿਲੇਸ਼ਨ 'ਚ ਉਹਨਾਂ ਨੂੰ ਪ੍ਰੋਬਲਮਾਂ ਹੀ ਦਿਖਦੀਆਂ ਨੇ ਵੀ ਸਾਡੇ ਰਿਸ਼ਤੇ 'ਚ ਇੰਨੇ ਪ੍ਰੋਬਲਮਾਂ ਨੇ ਉਹ ਜਿਹੜੀ ਵੀਡੀਓ ਆ ਜਿਵੇਂ ਕਿ ਮੈਂ ਪਹਿਲਾਂ ਕਿਹਾ ਜਦੋਂ ਕੈਮਰਾ ਬੰਦ ਹੋ ਗਿਆ ਆਪਾਂ ਨੂੰ ਪਤਾ ਨਹੀਂਗਾ ਕੀ ਪਤਾ ਉਹਨਾਂ ਵਿੱਚ ਕਿੰਨਾ ਕਲੇਸ਼ ਹੁੰਦਾ ਹੁੰਦਾ ਹੋਵੇ ਆਪਾਂ ਨੂੰ ਕੁਝ ਨਹੀਂ ਪਤਾ ਹੈਗਾ ਆਪਾਂ ਨੂੰ ਉਹੀ 10-15 ਮਿੰਟ ਦੇਖਦੇ ਨੇ ਜੋ ਵੀਡੀਓ ਵਿੱਚ ਆਪਾਂ ਦਿਖਾਉਂਦੇ ਹੁੰਦੇ ਨੇ ਜਾਂ ਜੇ ਤੁਸੀਂ ਰੀਲਾਂ ਦੇਖਦੇ ਹੋ ਤਾਂ ਉਹ ਇੱਕ ਰੀਲ ਜ਼ਿਆਦਾਤਰ ਐਵਰੇਜ 1 ਮਿੰਟ ਦੀ ਹੁੰਦੀ ਆ ਤੁਸੀਂ ਉਹ 1 ਮਿੰਟ ਦੀ ਵੀਡੀਓ ਦੇਖ ਕੇ ਸਾਰੇ ਬੰਦੇ ਦੀ ਲਾਈਫ ਦਾ ਆਈਡੀਆ ਨਹੀਂ ਲਗਾ ਸਕਦੇ ਵੀ ਇਹਦੀ ਸਾਰੀ ਲਾਈਫ ਹੀ ਇਦਾਂ 70% ਜੋ ਤੁਸੀਂ ਦੇਖਦੇ ਹੋ ਨਾ ਉਹ ਫੇਕ ਆ ਇੰਨਾ ਬਾਹਲਾ ਸਰਪ੍ਰਾਈਜ਼ ਨਾ ਹੋਇਆ ਕਰੋ ਚੀਜ਼ਾਂ ਦੇਖ ਕੇ ਚਲੋ ਸੋਸ਼ਲ ਮੀਡੀਆ ਵਾਲੀ ਗੱਲ ਆਪਾਂ ਇੱਥੇ ਬੰਦ ਕਰਦੇ ਆਂ ਹੁਣ ਆਪਾਂ ਵਾਪਸ ਆਪਣੀ ਮੇਨ ਚੀਜ਼ ਤੇ ਆਉਨੇ ਆ ਹਨਾ ਵੀ ਲੋਕ ਕੀ ਸੋਚਣਗੇ ਮੇਰੇ ਬਾਰੇ ਇਹ ਮੁੱਦੇ ਤੇ ਇੱਕ ਚੀਜ਼ ਮੈਂ ਤੁਹਾਨੂੰ ਇੱਥੇ ਕਹਿ ਸਕਦਾ ਵੀ ਜ਼ਿੰਦਗੀ 'ਚ ਤੁਸੀਂ ਕਦੇ ਵੀ ਜਦੋਂ ਵੀ ਜ਼ਿੰਦਗੀ 'ਚ ਤੁਸੀਂ ਕੁਝ ਨਵਾਂ ਕਰਨ ਚਾਹੋਗੇ ਨਾ ਤਾਂ ਹਮੇਸ਼ਾ ਸ਼ੁਰੂਆਤ ਵਿੱਚ ਲੋਕ ਤੁਹਾਡੇ ਤੇ ਹੱਸਣਗੇ ਜਦੋਂ ਵੀ ਤੁਸੀਂ ਕੋਈ ਚੀਜ਼ ਪਹਿਲੀ ਵਾਰ ਕਰਨ ਜਾ ਰਹੇ ਹੋ ਸ਼ੁਰੂਆਤ 'ਚ ਲੋਕ ਤੁਹਾਡੇ ਤੇ ਹੱਸਣਗੇ ਇਹ ਚੀਜ਼ ਹੋਣੀ ਹੀ ਹੋਣੀ ਆ ਪਤਾ ਨਹੀਂ ਕਿਉਂ ਪਰ ਹਮੇਸ਼ਾ ਇਦਾਂ ਹੀ ਹੁੰਦਾ ਪਰ ਜਿਸ ਦਿਨ ਤੁਸੀਂ ਉਹ ਚੀਜ਼ 'ਚ ਕਾਮਯਾਬ ਹੋਗੇ ਉਹ ਸੇਮ ਬੰਦੇ ਜਿਹੜੇ ਹੱਸਦੇ ਸੀਗੇ ਉਹ ਫਿਰ ਤੁਹਾ ਤੋਂ ਸਲਾਹਾਂ ਲੈਣਗੇ ਸੋ ਇਹ ਚੀਜ਼ ਯਾਦ ਰੱਖਿਆ ਕਰੋ ਥੋਡੇ ਮੇ ਵੀ ਮਨ ਚ ਹੈਗਾ ਨਾ ਤੁਸੀਂ ਜ਼ਿੰਦਗੀ ਚ ਕੁਝ ਨਵਾਂ ਕਰਨਾ ਚਾਹੁੰਦੇ ਹੋ ਮੇ ਵੀ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਯਾਦ ਰੱਖਿਓ ਸ਼ੁਰੂਆਤ ਵਿੱਚ ਜੇ ਲੋਕ ਥੋਡੇ ਤੇ ਹੱਸ ਵੀ ਰਹੇ ਹਨਾ ਤਾਂ ਉਹ ਬਹੁਤ ਨਾਰਮਲ ਚੀਜ਼ ਆ ਹਰ ਕੋਈ ਬੰਦੇ ਨਾਲ ਇਦਾਂ ਹੁੰਦਾ ਜਿਹੜੇ ਅੱਜ ਆਪਾਂ ਨੂੰ بڑے بڑے ਬਿਜ਼ਨਸਮੈਨ ਦੇਖਦੇ ਨੇ ਬੜੀਆਂ-ਬੜੀਆਂ ਜਿਨ੍ਹਾਂ ਦੀਆਂ ਕੰਪਨੀਆਂ ਨੇ ਉਹ ਬੰਦਿਆਂ ਨੇ ਵੀ ਇੱਕ ਦਿਨ ਜ਼ੀਰੋ ਤੋਂ ਸਟਾਰਟ ਕੀਤਾ ਤੇ ਜਿੱਦਾਂ ਉਹਨਾਂ ਨੇ ਜ਼ੀਰੋ ਤੋਂ ਸਟਾਰਟ ਕੀਤਾ ਸਾਰੇ ਉਹਨਾਂ ਵੱਲ ਦੇਖ ਕੇ ਹੱਸ ਰਹੇ ਸੀ ਪਰ ਅੱਜ ਜਦੋਂ ਪੂਰੇ ਟੌਪ ਤੇ ਨੇ ਸਾਰੇ ਉਹਨਾਂ ਵੱਲ ਦੇਖ ਕੇ ਉਹਨਾਂ ਤੋਂ ਸਲਾਹਾਂ ਲੈਂਦੇ ਨੇ ਵੀ ਕਿਵੇਂ ਪਹੁੰਚੇ ਤੁਸੀਂ ਇ ਬਾਕੀ ਆਸੇ ਕੀ ਆਡੀ ਵੀਡੀਓ ਉਮੀਦ ਕਰਦੇ ਆ ਤੁਹਾਨੂੰ ਵਧੀਆ ਲੱਗੇ ਜੇ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਵੀ ਕਰਦੇ ਹੋ ਤੇ ਆਪਾਂ ਮਿਲਦੇ ਆ ਅਗਲੀ ਵਾਰ ਓਕੇ